रिश्ता होता है जो एक धागे से बांधा होता है, भाई बहन का रिश्ता होता है, पर एक रिश्ता ये भी होता है कि दिल से रिश्ता होता है। गगन मेरे लिए कोई बेगाने नहीं है, मेरे अपने भाई हैं जिनसे जिनके साथ एक दिल का रिश्ता जुड़ा हुआ है और इस परिवार के साथ एक ऐसा रिश्ता बन गया है कि एक ऐसा धागा बन गया कि जो कभी टूट नहीं सकता। ये उस तो वध सी, देखिए ये वो लोग ने जिहड़े आप दिल नाल आए ने, जिहड़ा अगले दिन होया पैसे नाल बुलाए हुए लोग सी, ये आप आए ने लोग। आज सभी जो मेरे छोटे से बुलावे पे ना इतने सारे मेरे भाई सारी बहनें इकट्ठी हुई हैं, मैं सबका बहुत बहुत थैंक्स। अज राजपुरा विखे बिहारी लाल स्वीट्स के मालक शंटी जी और संदीप गुड़वानी वालों महावीर मंदिर के नेड़े आम आदमी पार्टी की हंगामी मीटिंग का आयोजन किया गया, जिस भारी गिनती दे विच वार्ड के लोगों ने शिरकत की है। हलका राजपुरा दी विधायिका मैडम नीना मित्तल दे नाल गलबात कीती गई। वार्ड दे लोकां दे वलों लोक सभा चोणां दे विच आप दे उम्मीदवार नूं वोटां पाउण दा भरोसा दित्ता गया। आओ सुणदे हां इस मौके ते हलका राजपुरा दी विधायिका मैडम नीना मित्तल शंटी जी अते संदीप गुड़वानी ने की कुछ कहा। ਅੱਜ ਸਭ ਤੋਂ ਪਹਿਲਾਂ ਤਾਂ ਮੈਂ ਥੈਂਕਸ ਕਰੂੰਗੀ ਗਗਨ ਜੀ ਦਾ ਕਿ ਜਿਹੜਾ ਇੰਨਾ ਭਾਰੀ ਇਕੱਠ ਕਰਕੇ ਇੱਕ ਬਹੁਤ ਵੱਡਾ ਹੌਂਸਲਾ ਦਿੱਤਾ ਕਿ ਰਾਜਪੁਰਾ ਸ਼ਹਿਰ ਆਮ ਆਦਮੀ ਪਾਰਟੀ ਨਾਲ ਤਿਆਰ ਹੈ। ਅਤੇ ਮੈਂ ਗਗਨ ਜੀ ਦਾ ਸਾਰੇ ਪਰਿਵਾਰ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਅੱਜ ਇਹਨਾਂ ਨੇ ਇਸ ਵਿਹੜੇ ਵਿੱਚ ਰੌਣਕ ਲਗਾਈ ਹੈ। ਦੇਖੋ ਗਗਨ ਜੀ ਨੇ ਚਾਹੇ ਪਹਿਲਾਂ ਕਿਸੇ ਵੀ ਪਾਰਟੀ ਸੀ ਉੱਥੇ ਵੀ ਬਹੁਤ ਮਿਹਨਤ ਕੀਤੀ ਸੀਗੀ, ਪਰ ਜੇ ਮਿਹਨਤ ਕਰਨ ਵਾਲੇ ਇਨਸਾਨ ਨਾਲ ਕੋਈ ਧੱਕਾ ਹੋਵੇ, ਇੱਕ ਸਾਨੂੰ ਕੀ ਚਾਹੀਦੀ ਹੈ, ਇੱਕ ਰਿਸਪੈਕਟ ਚਾਹੀਦੀ ਹੈ। ਜੇ ਸਾਨੂੰ ਰਿਸਪੈਕਟ ਨਹੀਂ ਮਿਲੂਗੀ, ਔਰ ਦੂਜੇ ਪਾਸੇ ਇਹਨਾਂ ਨੇ ਦੇਖਿਆ ਕਿ ਆਮ ਆਦਮੀ ਪਾਰਟੀ ਜੋ ਅੱਛੇ ਕੰਮ ਕਰ ਰਹੀ ਹੈ, ਸਰਦਾਰ ਭਗਵੰਤ ਸਿੰਘ ਮਾਨ ਜੀ ਲੋਕਾਂ ਦੀ ਭਲਾਈ ਕਰ ਰਹੇ ਹੈ, ਤਾਂ ਇਹਨਾਂ ਨੇ ਜਿਵੇਂ ਇੱਕ ਸੋਸ਼ਲ ਕੰਮ ਕਰਨਾ ਜਾਂ ਲੋਕਾਂ ਪ੍ਰਤੀ ਦਿਲ ਦੇ ਪਿਆਰ ਦੇਖ ਕੇ ਇਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ। ਔਰ ਮੈਂ ਇਹੀ ਕਹੂੰਗੀ ਕਿ ਜਿੱਦਣ ਦੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਕਦੇ ਵੀ ਟਿੱਕੇ ਨਹੀਂ ਬੈਠੇ, ਹਮੇਸ਼ਾ ਲੋਕ ਭਲਾਈ ਦੇ ਕੰਮ ਕਰਦੇ ਆ ਰਹੇ ਨੇ। ਦੇਖੋ ਮੈਂ ਇਹੀ ਕਹੂੰਗੀ ਚਾਹੇ ਕੋਈ ਵੀ ਬਰਾਦਰੀ ਹੈ, ਮੈਂ ਕਿਸੇ ਇੱਕ ਬਰਾਦਰੀ ਦਾ ਨਾਮ ਨਹੀਂ ਲਊਂਗੀ, ਹਰ ਬਰਾਦਰੀ 'ਚ ਇਹੀ ਲੋਕ ਇਹੀ ਕੁਛ ਹੁੰਦਾ ਕਿ ਜਦੋਂ ਵੋਟਾਂ ਆਉਂਦੀਆਂ ਉਦੋਂ ਸਭ ਨੂੰ ਬਰਾਦਰੀ ਯਾਦ ਆ ਜਾਂਦੀ ਹੈ, ਜਾਂ ਜਿਵੇਂ ਪ੍ਰੋਗਰਾਮ ਹੁੰਦੇ ਹੈ ਹਰ ਸਾਲ ਪ੍ਰੋਗਰਾਮ ਕਰ ਲੈਣਗੇ ਬਰਾਦਰੀ ਦੇ ਨਾਮ ਦਾ। ਪਰ ਮੈਂ ਕਹਿੰਦੀ ਹਾਂ ਜੇ ਬਰਾਦਰੀ ਲਈ ਅਸੀਂ ਕੁਛ ਕਰਨਾ ਚਾਹੁੰਦੇ ਹਾਂ, ਜੇ ਸਾਡੀ ਬਰਾਦਰੀ 'ਚ ਕੁਛ ਲੋਕ ਇੱਦਾਂ ਜਿੱਦਾਂ ਦੀ ਸਾਨੂੰ ਜਿਨ੍ਹਾਂ ਦੀ ਸਾਨੂੰ ਮਦਦ ਦੀ ਲੋੜ ਹੈ, ਅਸੀਂ ਉਹਨਾਂ ਦੀ ਮਦਦ ਕਰੀਏ ਤਾਂ ਅਸੀਂ ਬਰਾਦਰੀ ਦੇ ਲੀਡਰ ਬਣ ਸਕਦੇ ਹਾਂ। ਇਕੱਲੇ ਇਹ ਨਹੀਂ ਕਿ ਵੋਟਾਂ ਵੇਲੇ ਅਸੀਂ ਲੋਕਾਂ ਨੂੰ ਬੁਲਾਇਆ ਔਰ ਲੋਕਾਂ ਨੂੰ ਗੁੰਮਰਾਹ ਕੀਤਾ, ਉਹ ਲੋਕ ਅੱਜ ਕੱਲ੍ਹ ਸਭ ਜਾਣੀ ਜਾਣ ਨੇ, ਉਹਨਾਂ ਲੋਕਾਂ ਨੂੰ ਕੋਈ ਨਹੀਂ ਪੁੱਛਦਾ। ਤੁਸੀਂ ਜਿਹੜੀ ਚੀਜ਼ ਕਹਿ ਰਹੇ ਹੋ ਕਿ ਕਈ ਲੋਕ ਬਰਾਦਰੀ ਦੇ ਨਾਮ 'ਤੇ ਗੁੰਮਰਾਹ ਕਰਦੇ ਆ, ਅੱਜ ਉਹਨਾਂ ਦਾ ਕੀ ਹਾਲ ਹੈ ਤੁਹਾਨੂੰ ਆਪ ਨੂੰ ਵੀ ਪਤਾ ਹੈ। ਮੈਂ ਸਾਰੀਆਂ ਬਰਾਦਰੀਆਂ ਦੇ ਜਿਹੜੇ ਵੀ ਕੋਈ ਹੈਗੇ ਨੇ ਉਹਨਾਂ ਨੂੰ ਇੱਕੋ ਹੀ ਗੱਲ ਕਹੂੰਗੀ, ਆਪਣੀ ਬਰਾਦਰੀਆਂ ਲਈ ਆਪਣੇ ਭਰਾਵਾਂ ਲਈ ਕੁਛ ਕਰਨਾ ਸਿੱਖੋ, ਪਹਿਲਾਂ ਕੁਛ ਕਰੋ ਤਾਂ ਹੀ ਬਰਾਦਰੀਆਂ, ਤਾਂ ਹੀ ਲੋਕ ਆਪਣੇ ਨਾਲ ਅੱਗੇ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਹੈ। ਆਮ ਆਦਮੀ ਪਾਰਟੀ ਜੁਆਇਨ ਕਰਨ ਵਾਲੇ ਉਹੀ ਲੋਕ ਨੇ ਜਿਨ੍ਹਾਂ ਦੇ ਮਨ 'ਚ ਲੋਕਾਂ ਲਈ ਕੁਛ ਕਰਨ ਦੀ ਇੱਛਾ ਹੈ, ਜਿਹੜੇ ਲੋਕਾਂ ਲਈ ਕੁਛ ਕਰਨਾ ਚਾਹੁੰਦੇ ਨੇ, ਅੱਛੇ ਕੰਮ ਕਰਨਾ ਚਾਹੁੰਦੇ ਆ, ਉਹ ਸਾਰੇ ਆਮ ਆਦਮੀ ਪਾਰਟੀ 'ਚ ਆ ਰਹੇ ਹੈ। ਔਰ ਹਮੇਸ਼ਾ ਦਰਵਾਜ਼ੇ ਆਮ ਆਦਮੀ ਪਾਰਟੀ
ਪਾਰਟੀ ਦੇ ਅੱਛੇ ਲੋਕਾਂ ਲਈ ਖੁੱਲ੍ਹੇ ਹੈ। ਪਰ ਮੈਂ ਇਹ ਵੀ ਕਹੂੰਗੀ, ਮੈਂ ਰਾਜਪੁਰੇ 'ਚ ਕਿਸੇ ਨਾਲ ਧੱਕਾ ਨਹੀਂ ਹੋਣ ਦੇਊਂਗੀ, ਗਲਤ ਦਾ ਸਾਥ ਮੈਂ ਕਦੇ ਨਹੀਂ ਦੇਊਂਗੀ। ਜੇ ਕੋਈ ਕਿਸੇ ਨਾਲ ਗਲਤ ਕਰੂਗਾ, ਮੇਰੀ ਸ਼ਰਾਫਤ ਨੂੰ ਮੇਰੀ ਕਮਜ਼ੋਰੀ ਨਾ ਸਮਝੋ, ਮੈਂ ਫਿਰ ਠੀਕ ਕਰਨਾ ਵੀ ਚਾਹੁੰਦਾ। ਦੇਖੋ, ਮੇਰੇ ਲਈ ਬੜੀ ਮਾਣ ਦੀ ਗੱਲ ਹੈ ਕਿ ਦੋ CM ਰਾਜਪੁਰਾ ਹਲਕੇ ਵਿੱਚ ਆ ਰਹੇ ਨੇ, ਔਰ ਆਈ ਥਿੰਕ 27 ਤਰੀਕ ਫਾਈਨਲ ਹੋ ਰਹੀ ਹੈ। ਹਾਲੇ ਜਗ੍ਹਾ ਫਾਈਨਲ ਕਰਨੀ ਹੈ ਕਿ ਕਿੱਥੇ ਆਉਣਗੇ, ਤਾਂ ਅਸੀਂ ਪੂਰਾ ਰਾਜਪੁਰੇ ਵੱਲੋਂ ਉਹਨਾਂ ਦਾ ਬਹੁਤ ਸਵਾਗਤ ਕਰਾਂਗੇ। ਸਰਦਾਰ ਭਗਵੰਤ ਸਿੰਘ ਮਾਨ ਜੀ ਤਾਂ ਸਾਡੇ ਪੰਜਾਬ ਦੇ CM ਹੈ, ਔਰ ਮੇਰੇ ਲਈ ਹੋਰ ਵੱਡੀ ਖੁਸ਼ੀ ਇਹ ਹੈ ਕਿ ਦਿੱਲੀ ਦੇ ਅਰਵਿੰਦ ਕੇਜਰੀਵਾਲ ਜੀ ਉਹ ਵੀ ਆ ਰਹੇ ਨੇ, ਔਰ ਮੈਨੂੰ ਉਮੀਦ ਸੀ ਪੂਰੀ ਕਿ 19 ਵਿੱਚੋਂ ਮੇਰੇ ਇਲੈਕਸ਼ਨਾਂ ਵਿੱਚ ਰਾਜਪੁਰੇ 'ਚ ਰੋਡ ਸ਼ੋਅ ਕਰਕੇ ਗਏ ਸੀ ਔਰ ਉਹਨਾਂ ਨੇ ਕਿਹਾ ਸੀ ਮੈਂ ਰਾਜਪੁਰੇ ਜ਼ਰੂਰ ਆਊਂਗਾ, ਤਾਂ ਅੱਜ ਉਹ ਦੇਖੋ ਜੀ, ਉਹਨਾਂ ਨੂੰ ਕੋਈ ਪਾਰਟੀ ਜਿਹੜੀ ਕਹਿੰਦੇ, ਹੁਣ ਮੈਂ ਕੀ ਵਰਡ ਬੋਲਾਂ, ਅਤੇ ਵੀ ਉਹਨਾਂ ਨੂੰ ਜੇ ਕੋਈ ਝੱਲੂਗਾ ਤਾਂ ਇਹੋ ਜਿਹੇ ਬੰਦਿਆਂ ਨੂੰ ਕੋਈ ਨਹੀਂ ਚੱਲਦਾ, ਉਹ ਜਾਂਦੇ ਆਪਦੀ ਹੋਂਦ ਬਚਾਉਣ ਲਈ, ਪਰ ਉਹਨਾਂ ਨੂੰ ਕੋਈ ਨਹੀਂ ਪੁੱਛਦਾ। ਜਿਹੜੇ ਮੈਂ ਇੱਕੋ ਹੀ ਗੱਲ ਕਹੂੰਗੀ, ਜਿਹੜਾ ਬੰਦਾ ਆਪਦੀ ਗਲੀ ਦੀ ਸੜਕ ਹੀ ਨਹੀਂ ਬਣਾ ਸਕਿਆ, ਉਹ ਲੋਕਾਂ ਦਾ ਕੀ ਕਰੂਗਾ, ਅਤੇ ਉਹਨਾਂ ਨੂੰ ਕੋਈ ਪਾਰਟੀ ਨਹੀਂ ਪੁੱਛਦੀ, ਉਹ ਖਤਮ ਹੋ ਚੁੱਕੀ ਹੈ, ਉਹਨਾਂ ਦੀ ਹੋਂਦ ਖਤਮ ਹੋ ਚੁੱਕੀ ਹੈ। ਇੱਕੋ ਇੱਕ ਆਮ ਆਦਮੀ ਪਾਰਟੀ ਹੈ। ਸਾਡੀ ਪਾਰਟੀ 'ਚ ਵੀ ਕੁਛ ਲੋਕ ਹੈਗੇ ਨੇ ਇੱਦਾਂ ਦੇ ਜਿਹੜੇ ਕਿ ਬਰਾਦਰੀਆਂ ਦੇ ਨਾਮ ਲੈਂਦੇ ਆ, ਜਾਂ ਸਾਡੀ ਪਾਰਟੀ 'ਚ ਵੀ ਕੁਛ ਗਦਾਰ ਲੋਕ ਹੈਗੇ ਨੇ ਜਿਹੜੇ ਪਾਰਟੀ 'ਚ ਬੈਠੇ ਆ ਅਤੇ ਪਰ ਦੂਜੇ ਪਾਸੇ ਦਿੰਦੇ ਆ, ਪਾਰਟੀ ਦੀ ਸਾਰੀ ਨਿਗਾਹ ਹੈ। ਪਰ ਮੈਂ ਇਹ ਕਹੂੰਗੀ, ਆਮ ਆਦਮੀ ਪਾਰਟੀ 'ਚ ਮਿਹਨਤੀ ਵਰਕਰਾਂ ਦੀ ਕਦਰ ਹੈ, ਦੂਜਿਆਂ ਦਾ ਪਾਰਟੀ ਨੂੰ ਨਹੀਂ। ਮੈਂ ਕੋਈ ਸੜਕ ਉਹਨਾਂ ਲਈ ਨਹੀਂ ਬਣਾਈ ਜਾਂ ਉਹਨਾਂ ਲਈ ਨਹੀਂ ਬਣਾਉਣੀ ਸੀ, ਮੈਂ ਉੱਥੋਂ ਸੜਕ ਤੋਂ ਮੇਰੇ ਰਾਜਪੁਰਾ ਵਾਸੀ ਵੀ ਜਾਂਦੇ ਸੀ, ਚਾਹੇ ਉੱਥੇ ਰਹਿੰਦੇ ਨੇ, ਮੈਨੂੰ ਉਹਦੇ ਨਾਲ ਕੋਈ ਦਿੱਕਤ ਨਹੀਂ। ਰਾਜਪੁਰਾ ਦੀ ਜੋ ਵੀ ਸੜਕ ਜਾਂ ਕੋਈ ਗਲੀ ਖਰਾਬ ਹੈ ਜਿੱਥੇ ਲੋਕ ਰਹਿੰਦੇ ਨੇ, ਮੇਰੇ ਰਾਜਪੁਰਾ ਵਾਸੀ ਰਹਿੰਦੇ ਨੇ, ਮੈਂ ਹਰ ਸੜਕ ਬਣਾਊਂਗੀ। ਪਿੱਛੇ ਜੇ ਮੈਂ ਇੱਕ ਗਲੀ ਬਣਾਈ, ਮੈਨੂੰ ਕਹਿੰਦੇ ਜੀ ਇਹ ਤਾਂ BJP ਵਾਲਿਆਂ ਦੀ ਗਲੀ ਸੀ, 20 ਸਾਲਾਂ ਤੋਂ ਨਹੀਂ ਬਣੀ ਸੀ। ਮੈਂ ਕਿਹਾ ਕੋਈ ਗੱਲ ਨਹੀਂ, ਮੇਰੇ ਲਈ ਰਾਜਪੁਰਾ ਵਾਸੀ ਹੈ, ਸਭ ਤੋਂ ਪਹਿਲਾਂ ਮੇਰੇ ਲਈ ਰਾਜਪੁਰਾ ਦਾ ਵਸ਼ਿੰਦਾ, ਰਾਜਪੁਰਾ ਦੇ ਰਹਿਣ ਵਾਲੇ ਵਾਸੀ ਹੈ, ਬਾਕੀ ਪਾਰਟੀਆਂ ਵਾਲੇ ਦੂਸਰੀ ਜਗ੍ਹਾ। ਦੂਸਰੀਆਂ ਪਾਰਟੀਆਂ ਵਾਲਿਆਂ ਨੂੰ ਵੀ ਮੈਂ ਕਹਿੰਦੀ ਹਾਂ, ਜੇ ਤੁਹਾਡੇ ਕੋਈ ਕੰਮ ਰਹਿੰਦੇ ਨੇ, ਤੁਸੀਂ ਲੋਕਾਂ ਨਾਲ ਕੋਈ ਵਾਅਦਾ ਕੀਤਾ ਅਸੀਂ ਕੰਮ ਕਰਨੇ, ਮੈਨੂੰ ਦੱਸੋ, ਮੈਂ ਕਰੂੰਗੀ। ਕੱਟ ਕੇ ਲੋਕਾਂ ਦਾ ਪਿਆਰ ਹੈ, ਲੋਕ ਸਰਕਾਰ ਦੇ ਕੰਮ ਦੇਖ ਰਹੀ ਹੈ, ਘਰ ਘਰ ਵਿੱਚ ਬਿਜਲੀ ਫ੍ਰੀ ਜਾ ਰਹੀ ਹੈ। ਅਸੀਂ ਤਾਂ ਇਹ ਵੀ ਦੇਖ ਰਹੇ ਹਾਂ ਵੀ ਜਦ ਜਿਵੇਂ ਰੌਲਾ ਪਾਉਂਦੇ ਹਾਂ BJP ਦਾ, ਪਾਉਂਦੇ ਆ ਨਾ ਰੌਲਾ, ਕਿ ਅਸੀਂ 9 ਸਾਲ ਤੋਂ ਪੈਦਾ ਹੋਏ ਹਾਂ, ਤੁਸੀਂ ਸਾਰੇ ਹੈ 9 ਸਾਲ ਤੋਂ BJP ਆਈ ਹੈ, ਅਸੀਂ 9 ਸਾਲ ਤੋਂ ਪੈਦਾ ਹੋਏ ਹਾਂ। ਪਹਿਲੇ ਬੱਸਾਂ ਨਹੀਂ ਚੱਲਦੀਆਂ ਸੀ, ਪਹਿਲੇ ਟ੍ਰੇਨਾਂ ਨਹੀਂ ਚੱਲਦੀਆਂ ਸੀ, ਅਤੇ ਹੁਣ ਇਹੋ ਜਿਹਾ ਕੱਟ ਕਰੋਗੇ ਜਿਹੋ ਜਿਹਾ ਤੁਸੀਂ ਪਿੱਛੇ ਜੇ ਕਰਿਆ ਆਪਣੇ ਵਾਰਡ ਦੇ ਵਿੱਚ, ਅਤੇ ਹੁਣ ਤੁਸੀਂ ਕਰੋਗੇ, ਕਿਉਂਕਿ ਹੁਣ ਇਲੈਕਸ਼ਨ ਚੱਲ ਰਹੇ ਹੈ, ਲੋਕ ਚਾਹੁੰਦੇ ਵੀ ਉਹ ਜਿਹਾ ਕੱਟ, ਰਿਕਾਰਡ ਤੋੜ ਕੱਟ ਸੀਗਾ ਉਹ ਵਾਲਾ, ਇਹ ਉਸ ਤੋਂ ਵੱਧ ਸੀ। ਦੇਖੀਏ, ਇਹ ਉਹ ਲੋਕ ਨੇ ਜਿਹੜੇ ਆਪ ਦਿਲ ਨਾਲ ਆਏ ਨੇ, ਜਿਹੜਾ ਅਗਲੇ ਦਿਨ ਹੋਇਆ ਉਹ ਪੈਸੇ ਨਾਲ ਬੁਲਾਏ ਹੋਏ ਲੋਕ ਸੀ, ਇਹ ਆਪ ਆਏ ਨੇ ਲੋਕ। ਮੈਂ ਰਾਜ ਸਭੀ ਜੋ ਮੇਰੇ ਛੋਟੇ ਸੇ ਬੁਲਾਵੇ ਪੇ ਨਾ, ਇਤਨੇ ਸਾਰੇ ਮੇਰੇ ਭਾਈ ਸਾਰੀ ਬਹਿਣੇ ਇਕੱਠੀ ਹੋਈ ਹੈ, ਮੈਂ ਸਭ ਦਾ ਬਹੁਤ ਬਹੁਤ ਥੈਂਕਸ ਕਰਦਾ। ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ। ਨਿਊਜ਼ 89 ਪੰਜਾਬ, ਹਰ ਖਬਰ ਜਿਸ ਦਾ ਹੋਵੇ ਅਸਰ।